14 ਅਕਤੂਬਰ ਤੋਂ ਲੈ ਕੇ 30 ਅਪ੍ਰੈਲ 2025, ਠੀਕ ਹੈ, ਇਹ ਉਦੋਂ ਤੱਕ ਬੰਦੇ ਚੱਕੀ ਜਾਣਗੇ। ਬਈ ਵੱਧ ਤੋਂ ਵੱਧ ਲੋਕਾਂ ਕੋਲ ਸ਼ੇਅਰ ਕਰੋ, ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਪਤਾ ਨਹੀਂ ਕਿਹਨੇ ਬਾਹਰ ਜਾਣਾ, ਕਿਸੇ ਦਾ ਬਾਹਰ ਜਾਵਾ। ਇੰਸਟਾਗ੍ਰਾਮ ਹੈਂਡਲ ਵੀ ਸ਼ੋਅ ਹੋ ਰਿਹਾ, ਨੰਬਰ ਵੀ ਸ਼ੋਅ ਹੋ ਰਿਹਾ, ਤੁਸੀਂ ਨੰਬਰ 'ਤੇ ਕਾਲ ਕਰ ਲਓ ਜਦ ਮਰਜ਼ੀ। ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਤੁਹਾਡਾ ਮੈਂ ਅਪਲਾਈ ਕਰ ਦੂੰਗਾ। ਵੈਲਕਮ ਬੈਕ ਟੂ ਚੈਨਲ ਗਾਇਜ਼, ਹੋਪ ਯੂ ਡੂਇੰਗ ਵੈਲ, ਸਾਰੇ ਘੈਂਟ ਹੋਣਗੇ। ਅਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਕਰਨਾ ਸ਼ੁਕਰੀਆ, ਅਤੇ ਸ਼ੁਕਰੀਆ ਇਸ ਗੱਲ ਦਾ ਬਿਕੋਜ਼ ਤੁਸੀਂ ਮੇਰੀ ਰੀਲ ਨੂੰ ਔਰ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ। ਤੁਹਾਡੀ ਕੁਐਰੀਜ਼, ਮੈਸੇਜਸ ਵਾਹ ਵੀ ਵਾਹ ਆਈ ਜਾ ਰਹੇ ਨੇ, ਅਤੇ ਬਹੁਤ ਜਾਣੇ ਨੇ ਅਪਲਾਈ ਕਰਾ ਲਿਆ। ਪਰੂਫ ਦੇਖਣਾ ਚਾਹੁੰਦੇ ਹੋ? ਦੇਖਣਾ ਚਾਹੁੰਦੇ ਹੋ? ਆਹ ਦੇਖੋ ਪਰੂਫ, 1, 2, 3, 4 ਪਰੂਫ ਤੁਹਾਨੂੰ ਦਿਖਾਤੇ ਆ, ਹੋਰ ਵੀ ਮੇਰੇ ਕੋਲ ਪਏ ਨੇ। ਇਹ 4 ਪਰੂਫ ਉਹਨਾਂ ਨੇ ਦਿਖਾਏ ਨੇ ਜਿਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਕਿ ਹਾਂ ਵੀ ਦਿਖਾ ਦਿਓ, ਕੋਈ ਚੱਕਰ ਨਹੀਂ ਹੈਗਾ, ਬਟ ਇਹਨਾਂ ਦੀ ਮੈਂ ID ਵਗੈਰਾ ਉਹ ਕਰਤੇ ਹਾਈਡ। ਅਤੇ ਪਲੱਸ ਹੋਰ ਵੀ ਇਨ ਪ੍ਰੋਸੈਸ ਆ, ਹਜੇ ਕਰ ਰਹੇ ਹਾਂ, ਠੀਕ ਆ। ਅੱਜ ਸਾਈਟ ਅੰਡਰ ਮੈਂਟੇਨੈਂਸ ਆ, ਜਿਹੜੀ ਉਹ ਵੈਲਿਡ ਵਾਲੀ ਸਾਈਟ ਆ, ਅੰਡਰ ਮੈਂਟੇਨੈਂਸ ਆ 6 ਵਜੇ ਤੱਕ, 6 ਪਤਾ ਨਹੀਂ 7 ਵਜੇ ਤੱਕ, ਤਾਂ ਮੇ ਬੀ ਕੱਲ੍ਹ ਦੁਬਾਰਾ ਓਪਨ ਹੋਊਗੀ। ਅਤੇ ਬਾਕੀ ਹੁਣ ਕਈ ਬੰਦਿਆਂ ਨੂੰ ਨਾ ਇਹ ਸੀਗਾ, ਪੁੱਛੀ ਜਾਂਦੇ ਨੇ ਬਾਰ ਬਾਰ ਕੁਸ਼ਚਨ, ਤਾਂ ਥੋੜ੍ਹੇ ਜਿਹੇ ਰਿਪੀਟ ਹੋ ਰਹੇ ਨੇ, ਸਾਰੇ ਰਿਪਲਾਈ ਦੇਣੇ ਔਖੇ ਹੁੰਦੇ ਨੇ, ਹੈ ਨਾ। ਅਤੇ ਉਹ ਕਹਿੰਦੇ ਆ ਕਿ ਬਈ ਰਜਿਸਟ੍ਰੇਸ਼ਨ ਕਦੋਂ ਤੋਂ ਸਟਾਰਟ ਸੀ? 1 ਅਕਤੂਬਰ ਨੂੰ ਸਟਾਰਟ ਹੋਈ ਸੀ ਅਤੇ 31 ਅਕਤੂਬਰ ਨੂੰ ਖਤਮ ਹੋਊਗੀ। ਔਰ ਜਿਹੜਾ ਸਿਲੈਕਸ਼ਨ ਪੀਰੀਅਡ ਆ ਉਹ ਹੈਗਾ ਵਾ 14 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ, 14 ਅਕਤੂਬਰ ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2025 ਤੱਕ ਖਤਮ ਹੋਣਾ, ਮਤਲਬ 30 ਅਪ੍ਰੈਲ ਤੱਕ ਬੰਦੇ ਸਿਲੈਕਟ ਕਰੀ ਜਾਣੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਓਫੀਸ਼ੀਅਲ ਸਾਈਟ 'ਤੇ ਆ, ਤੁਹਾਨੂੰ ਮੈਂ ਇੱਕ ਵਾਰ ਸਾਈਟ 'ਤੇ ਦਿਖਾ ਦਿੰਦਾ, ਸਾਈਟ 'ਤੇ ਚੈੱਕ ਕਰ ਲਓ। ਹਾਂ ਦੇਖੋ ਬਈ, ਜੇ ਤੁਸੀਂ ਆਪਣਾ ਐਲੀਜੀਬਿਲਟੀ ਵਗੈਰਾ, ਕੰਡੀਸ਼ਨ ਵਗੈਰਾ ਕੁਛ ਵੀ ਦੇਖਣਾ ਚਾਹੁੰਦੇ ਹੋ ਨਾ, ਤਾਂ ਆਸਟ੍ਰੇਲੀਆ ਵਰਕਿੰਗ ਹੋਲੀਡੇ ਲਿਖ ਕੇ ਸਟੇਟਸ ਚੈੱਕ ਪਹਿਲੀ ਸਾਈਟ 'ਤੇ ਕਲਿੱਕ ਕਰ ਲਿਓ, ਥੱਲੇ ਚਲੇ ਜਾਇਓ, ਇੱਥੇ ਸਾਰੀ ਕੰਟਰੀਆਂ ਦੇ ਨਾਮ ਆ ਜਾਣਗੇ ਜਿਹਦੇ ਵਿੱਚ ਆ ਦੇਖੋ ਲਿਖਿਆ ਹੋਇਆ ਵਾ, ਜਿਵੇਂ ਆਸਟ੍ਰੀਆ ਤੋਂ 500, ਚਾਈਨਾ ਤੋਂ 5000, ਪਹਿਲਾਂ ਆਪਣਾ ਇੰਡੀਆ ਤੋਂ 500 ਚੱਕਣੇ ਸੀਗੇ ਬੰਦੇ, ਬਟ ਉਹਨਾਂ ਨੇ 500 ਤੋਂ ਇਨਕਰੀਜ਼ ਕਰਕੇ 1000 ਕਰਤੇ ਸੀ, ਠੀਕ ਹੈ ਜੀ। ਅਤੇ ਹੁਣ ਆਪਾਂ ਇੰਡੀਆ ਦਾ ਬੈਲਟ ਚੈੱਕ ਕਰਦੇ ਹਾਂ, ਬਿਲਕੁਲ ਨੀਚੇ ਜਾਣਾ ਆਪਾਂ, ਨੀਚੇ ਜਾ ਕੇ ਆਹ ਦੇਖੋ, ਪਹਿਲਾਂ ਤਾਂ ਰਜਿਸਟ੍ਰੇਸ਼ਨ ਫੀ ਕਿੰਨੀ ਆ? $25, ਠੀਕ ਹੈ ਜੀ। ਦੂਸਰੀ ਚੀਜ਼ ਕਿ ਜਿਹੜੀ ਬੈਲਟ ਸਿਲੈਕਸ਼ਨ ਪੀਰੀਅਡ ਆ, ਹੈ ਨਾ, ਬੈਲਟ ਸਿਲੈਕਸ਼ਨ ਪੀਰੀਅਡ ਦੇਖ ਰਹੇ ਨਾ ਸਾਰੇ ਨੂੰ, ਇਹ 'ਤੇ ਕਲਿੱਕ ਕਰ ਲਓ। ਕਲਿੱਕ ਕਰਨ ਤੋਂ ਬਾਅਦ ਇੱਥੇ ਆ ਜਾਊਗਾ ਸਾਰਾ ਕੁਝ ਤੁਹਾਡੇ ਕੋਲ, ਆਹ ਰਜਿਸਟ੍ਰੇਸ਼ਨ ਦੇਖ ਲਓ, ਚਾਈਨਾ, ਇੰਡੀਆ, ਵੀਅਤਨਾਮ ਦੀ ਸਾਰਿਆਂ ਦੀ ਲਿਖੀ ਹੋਈ ਆ, ਆਪਣੀ ਇੰਡੀਆ ਦੀ 1 ਤਰੀਕ ਤੋਂ ਸ਼ੁਰੂ ਹੋਈ ਸੀ ਅਤੇ 31 ਅਕਤੂਬਰ ਤੱਕ ਚੱਲੂਗੀ, ਠੀਕ ਹੈ। ਔਰ ਐਕਟਿਵ ਆਪਣਾ ਸਟੇਟਸ, ਔਰ ਬੈਲਟ ਸਿਲੈਕਸ਼ਨ ਪੀਰੀਅਡ ਕਿ ਬੰਦੇ ਕਦੋਂ ਸਿਲੈਕਟ ਹੋਣਗੇ, ਉਹ ਹੋਣਗੇ ਜੀ ਆਹ ਦੇਖ ਲਓ, 14/10/2024, ਮਤਲਬ 14 ਅਕਤੂਬਰ ਤੋਂ ਲੈ ਕੇ 30 ਅਪ੍ਰੈਲ 2025, ਠੀਕ ਹੈ। ਇਹ ਉਦੋਂ ਤੱਕ ਬੰਦੇ ਚੱਕੀ ਜਾਣਗੇ 30 ਅਪ੍ਰੈਲ ਤੱਕ। ਤਾਂ ਹੁਣ ਇਹ ਨਾ ਸੋਚੋ ਕਿ ਮੇਰਾ ਨਾਮ ਨਹੀਂ ਆਇਆ, ਕੁਛ ਨਹੀਂ ਆਇਆ, ਹੈ ਨਾ, ਕਿ ਮੈਂ ਰਹਿ ਤਾਂ ਨਹੀਂ ਗਿਆ, ਪੈਸੇ ਬਰਬਾਦ ਹੋ ਗਏ, ਯੇ ਵੋ, ਤਾਂ ਇਹ ਜੀ ਕੋਈ ਗੱਲ ਨਹੀਂ ਹੈਗੀ, ਵੇਟ ਐਂਡ, ਇਹ 'ਚ ਬਸ ਸਬਰ ਆ, ਬਸ ਹੋਰ ਕੁਛ ਨਹੀਂ ਹੈਗਾ, ਸਬਰ ਰੱਖਣਾ ਪੈਣਾ, ਨਾਮ ਆ ਵੀ ਸਕਦਾ ਨਹੀਂ ਵੀ ਆ ਸਕਦਾ, ਬਸ ਪੋਜ਼ਿਟਿਵ ਰਹਿਣਾ ਜੀ। ਅਤੇ ਸਾਈਟ 'ਤੇ ਓਫੀਸ਼ੀਅਲ 'ਤੇ ਇਹੀ ਸਾਰਾ ਕੁਛ ਮੈਂਸ਼ਨ ਉਹੀ ਦੱਸ ਰਿਹਾ, ਫੀਸ $25 ਆ, ਪਰੂਫ ਤੁਹਾਨੂੰ ਸਾਰੇ ਦਿਖਾਤੇ, ਤੁਹਾਡੇ 'ਚੋਂ ਕੋਈ ਵੀ ਜਾਣਾ ਅਪਲਾਈ ਕਰਾਉਣਾ ਚਾਹੁੰਦਾ ਵਾ ਤਾਂ ਮੈਨੂੰ ਆਹ ਨੰਬਰ ਤੁਹਾਨੂੰ ਤੁਹਾਡੇ ਸ਼ੋਅ ਹੋ ਰਿਹਾ ਵਾ, ਇੰਸਟਾਗ੍ਰਾਮ ਹੈਂਡਲ ਵੀ ਸ਼ੋਅ ਹੋ ਰਿਹਾ, ਨੰਬਰ ਵੀ ਸ਼ੋਅ ਹੋ ਰਿਹਾ, ਤੁਸੀਂ ਨੰਬਰ 'ਤੇ ਕਾਲ ਕਰ ਲਓ ਜਦ ਮਰਜ਼ੀ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਤੁਹਾਡਾ ਮੈਂ ਅਪਲਾਈ ਕਰ ਦੂੰਗਾ। ਬਿਲਕੁਲ ਮਿਨੀਮਮ ਚਾਰਜਸ ਨੇ ਓਨਲੀ 3100, ਔਰ ਇਹ ਵੀ ਨੈਗੋਸ਼ੀਏਬਲ ਆ ਇਫ ਸਮਵਨ ਹੈਜ਼ ਅ ਵੈਲਿਡ ਰੀਜ਼ਨ, ਠੀਕ ਆ। ਇਹ ਜੇ ਕਿਸੇ ਕੋਲ ਵੈਲਿਡ ਰੀਜ਼ਨ ਹੋਊਗਾ ਕਿ ਹਾਂ ਬਈ ਨਹੀਂ ਪੇ ਕਰ ਸਕਦਾ, ਕੁਛ ਵੀ ਫਾਈਨੈਂਸ਼ੀਅਲ ਪ੍ਰੋਬਲਮ ਜੋ ਵੀ ਆ, ਉਹਦੇ ਲਈ ਵੀ ਆਪਾਂ ਹੈਲਪ ਬੈਠੇ ਹਾਂ। 20-25 ਹਜ਼ਾਰ ਵਾਲੀ ਗੇਮ ਨਹੀਂ ਹੈਗੀ, 20-25 ਹਜ਼ਾਰ ਵਾਲੇ ਏਜੰਟਾਂ ਕੋਲ ਨਾ ਜਾਓ, ਤੁਹਾਨੂੰ ਮੈਂ ਵੀਡੀਓ ਪਾਤੀ ਆ। ਤੁਸੀਂ ਜੇ ਚਾਹੁੰਦੇ ਹੋ ਕਮੈਂਟ ਕਰੋ, ਮੈਂ ਤੁਹਾਨੂੰ ਹੋਰ ਵੀ ਲਾਈਵ ਪ੍ਰੂਫ ਦਿਖਾ ਦੂੰਗਾ ਜਿਨ੍ਹਾਂ ਨੇ ਆਪਣੇ ਹੱਥੀਂ ਲਿਖਿਆ ਹੋਇਆ ਖੁਦ, ਮਤਲਬ ਕਿ ਇੱਕ ਪੈਰਾਗ੍ਰਾਫ 'ਚ ਭੇਜਿਆ ਕਿ ਚਾਰਜਿਸ 20,000, 25,000, ਇਹਦਾ ਵਰਕ ਹੋਲੀਡੇ ਵੀਜ਼ਾ, ਤਾਂ ਉਸ ਚੀਜ਼ ਦੇ ਬਾਰੇ ਨਾ ਫਸੋ, ਠੀਕ ਆ। ਤੁਹਾਡਾ ਮੈਂ ਬਿਲਕੁਲ ਘੱਟ ਤੋਂ ਘੱਟ ਖਰਚੇ ਦੇ ਵਿੱਚ ਕਰਾਊਂਗਾ, ਔਰ ਸਾਰੇ ਪਰੂਫ ਤੁਹਾਡੇ ਕੋਲ ਤੁਹਾਡੀ ਜੀਮੇਲ 'ਤੇ ਆਉਣਗੇ,
ਐ ਨਹੀਂ ਹੈਗਾ ਕਿ ਕੋਈ ਕਾਗਜ਼ ਪੱਤਰ ਜਿਵੇਂ ਹੈ ਨਾ ਅਡਿਟ ਕਰਕੇ ਤੁਹਾਨੂੰ ਭੇਜਿਆ ਦਿੱਤਾ ਭੇਜਾਂਗੇ, ਇਹੋ ਜਿਹਾ ਚੀਜ਼ ਕੁਛ ਨਹੀਂ ਹੈਗੀ। ਸਾਰਾ ਕੁਛ ਈਮੇਲ ਅਕਾਊਂਟ ਦਾ ਲੋਗਿਨ ਆਈ ਡੀ ਪਾਸਵਰਡ ਵੀ ਤੁਹਾਡੇ ਕੋਲ ਹੋਊਗਾ, ਰਿਸਿਪਟ ਵੀ ਤੁਹਾਡੇ ਕੋਲ ਆਊਗੀ, ਠੀਕ ਆ। ਔਰ ਤੀਜੀ ਪਹਿਲਾਂ ਪ੍ਰੋਬਲਮ ਹੋ ਗਈ, ਠੀਕ ਆ। ਦੂਜੀ ਪ੍ਰੋਬਲਮ ਇਹ ਆ ਰਹੀ ਆ ਫੀਸ ਦੇ ਵਿੱਚ, ਫੀਸ ਦਾ ਕੀ ਚੱਕਰ ਪੈ ਰਿਹਾ, ਫੀਸ ਨਹੀਂ ਭਰੀ ਜਾ ਰਹੀ ਬੱਚਿਆਂ ਤੋਂ। ਤਾਂ ਫੀਸ ਦੇ ਵਿੱਚ ਪਹਿਲਾਂ ਇੱਕ ਤਾਂ ਆਪਸ਼ਨ ਹੈਗਾ, ਤੁਸੀਂ ਪਹਿਲੇ ਆਪਸ਼ਨ ਨੂੰ ਉਹ ਕਰ ਲਓ ਕਿ ਪਹਿਲਾ ਆਪਸ਼ਨ ਇਹ ਆ ਕਿ ਜਿਹੜਾ ਤੁਹਾਨੂੰ ਤੁਸੀਂ ਕਾਰਡ ਰਾਹੀਂ ਪੇਮੈਂਟ ਭਰ ਰਹੇ ਹੋ, ਠੀਕ ਆ, ਉਹ ਕਾਰਡ ਦੇ ਵਿੱਚ ਦੇਖੋ ਕਿ ਇੰਟਰਨੈਸ਼ਨਲ ਪੇਮੈਂਟ ਆਉਣ। ਜੇ ਇੰਟਰਨੈਸ਼ਨਲ ਪੇਮੈਂਟ ਆਉਣ ਆ, ਇਟ ਮੀਨਸ ਕਿ ਉਹ ਭਰਿਆ ਜਾਊਗਾ, ਕਿ ਤੁਹਾਡੀ ਫਿਰ ਫੀਸ ਜਾਊਗੀ, ਕੋਈ ਦਿੱਕਤ ਨਹੀਂ। ਜੇ ਆਫ ਆ, ਫਿਰ ਤੁਹਾਨੂੰ ਐਰਰ ਸ਼ੋ ਹੋਣਗੇ, ਤੁਹਾਡੇ ਗੇਟਵੇ ਦੇ ਵਿੱਚ ਕੈਂਸਲੇਸ਼ਨ ਆਊਗੀ, ਤੁਹਾਡੀ ਫੀਸ ਭਰੀ ਨਹੀਂ ਜਾਣੀ, ਕੁਛ ਵੀ ਦਿੱਕਤ ਆ ਸਕਦੀ ਹੈ, ਠੀਕ ਆ। ਫੀਸ ਦਾ ਇੰਨਾ ਹੀ ਆ। ਔਰ ਅਗਰ ਫਿਰ ਵੀ ਤੁਹਾਡੇ ਤੋਂ ਫੀਸ ਜ਼ਿਆਦਾ ਨਹੀਂ ਭਰ ਹੋ ਰਿਹਾ, ਤਾਂ ਮੈਂ ਕਾਹਦੇ ਲਈ ਬੈਠਾ, ਮੈਂ ਕਰ ਦੂੰਗਾ ਤੁਹਾਡਾ ਸਾਰਾ ਕੰਮ ਕਰੂੰਗਾ, ਠੀਕ ਆ। ਔਰ ਬਈ ਹੋਰ ਇਹਦੇ ਵਿੱਚ ਕੁਛ ਹੈ ਨਹੀਂ ਸੀਗਾ, ਇੰਨੇ ਕੁ ਸਿਸਟਮ ਆ, ਅਤੇ ਅਪਲਾਈ ਕਰਾ ਲੂੰ ਛੇਤੀ ਤੋਂ ਛੇਤੀ, ਠੀਕ ਆ। ਅਤੇ ਵੀਡੀਓ, ਹਾਂ ਵੀਡੀਓ ਬਈ ਵੱਧ ਤੋਂ ਵੱਧ ਲੋਕਾਂ ਕੋਲ ਸ਼ੇਅਰ ਕਰੋ, ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਪਤਾ ਨਹੀਂ ਕਿਹਨੇ ਬਾਹਰ ਜਾਣਾ, ਕਿਸੇ ਦਾ ਬਾਹਰ ਜਾਣਾ ਲਿਖਿਆ ਹੋਵੇ, ਪਤਾ ਨਹੀਂ ਚੱਲਦਾ ਬਈ ਕੱਲ੍ਹ ਨੂੰ ਉਹ ਤੁਹਾਨੂੰ ਕ੍ਰੈਡਿਟ ਦੇਵੇ ਕਿ ਹਾਂ ਬਈ ਤੂੰ ਇਹ ਬੰਦੇ ਦੀ ਵੀਡੀਓ ਸ਼ੇਅਰ ਕੀਤੀ ਸੀ, ਮੈਂ ਅਪਲਾਈ ਕਰਾਇਆ ਤਾਂ ਮੇਰਾ ਅੱਜ ਨਾਮ ਆਇਆ। ਜੇ ਆਪਾਂ ਸ਼ੇਅਰ ਹੀ ਨਹੀਂ ਕਰਾਂਗੇ ਤਾਂ ਬਈ ਭਲਾ ਕਿਵੇਂ ਹੋਊਗਾ। ਇਸ ਕਰਕੇ ਭਲਾ ਕਰੋ, ਸਾਰਿਆਂ ਦਾ ਭਲਾ ਕਰੋ, ਐ ਨਾ ਸੋਚੋ ਕਿ ਹੈ ਨਾ ਮੈਂ ਆਪਦਾ ਅਪਲਾਈ ਕਰਾ ਲਿਆ ਤਾਂ ਬਹੁਤ ਆ, ਸਾਰਿਆਂ ਨੂੰ ਭੇਜੋ। ਮੈਂ ਆਪਣਾ ਖੁਦ ਅਪਲਾਈ ਕੀਤਾ, ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸਾਰਿਆਂ ਦਾ ਕਰਤਾ, ਪਲੱਸ ਕਲਾਇੰਟਸ ਦਾ ਵੀ ਕਰੀ ਜਾ ਰਿਹਾ ਵਾ, ਹੋਰ ਵੀ ਜਿਹੜੇ ਮੇਰੇ ਕੋਲ ਕਰਾਉਣਾ ਚਾਹੁੰਦੇ ਨੇ ਉਹ ਵੀ ਕਰਾ ਸਕਦੇ ਨੇ। ਬਈ ਜਿੰਨਾ ਆਪਾਂ ਕਿਸੇ ਦਾ ਸੋਚਾਂਗੇ ਨਾ, ਉਨਾ ਪ੍ਰਮਾਤਮਾ ਆਪਣੇ ਬਾਰੇ ਸੋਚੂਗਾ। ਤਾਂ ਇਸ ਕਰਕੇ ਮੇਰੇ ਤੇ ਇਹੀ ਥੋਟ ਆ, ਸਾਰਿਆਂ ਨੂੰ ਵੀਡੀਓ ਸ਼ੇਅਰ ਕਰੋ, ਔਰ ਸੂਨ ਆਪਾਂ ਗਾਈਡ ਬਲੌਗ ਵਗੈਰਾ ਵੀ ਸਾਰਾ ਕੁਛ ਲੈ ਕੇ ਆਵਾਂਗੇ। ਬਸ ਇਹ ਥੋੜ੍ਹਾ ਜਿਹਾ ਸਿਸਟਮ ਦੇ ਵਿੱਚ ਪੈ ਗਿਆ ਸੀਗਾ, ਅਤੇ ਫਿਰ ਉਹ ਵੀ ਗਾਈਡ ਬਲੌਗ ਵੀ ਆਉਣਗੇ, ਆਉਣ ਦਾ ਵੇ ਹੀ ਨੇ, ਠੀਕ ਆ। ਹਾਲੇ ਗਰਮੀ ਵੀ ਬਹੁਤ ਜ਼ਿਆਦਾ ਵਾ, ਤਾਂ ਛੇਤੀ ਛੇਤੀ ਅਪਲਾਈ ਕਰੋ। ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ। ਅਗਰ ਕੋਈ ਤੁਹਾਨੂੰ ਹੋਰ ਵੀ ਦਿੱਕਤ ਪਰੇਸ਼ਾਨੀ ਆ ਰਹੀ, ਜਦ ਮਰਜ਼ੀ ਕਾਲ ਕਰ ਲਓ, ਮੈਸੇਜ ਕਰ ਲਓ ਜਾਂ ਕਮੈਂਟ ਕਰ ਲਓ, ਮੈਂ ਰਿਪਲਾਈ ਜ਼ਰੂਰ ਦਊਂਗਾ, ਠੀਕ ਹੈ। ਚਲੋ।